सिंगू बॉर्डर पर तरह तरह के रंग देखने को मिल रहे हैं। एक रंग आपको दिखा दें कि यहाँ निहंग सिंहों का जत्था यहाँ पहुंचा है और अपने साथ घोड़े और बाज लेके आए हैं। तस्वीरें आपको दिखा देते हैं, ये वो बाज है जो गुरुओं की निशानी भी बताई जाती है और तमाम आप देख सकते हैं तस्वीरों में 4 से 5 बाज यहाँ इन निहंग सिंहों के जत्थे के साथ यहाँ आए हैं। बातचीत भी करेंगे लोग, देखिए तस्वीरें इस बाज की कैद कर रहे हैं। तस्वीरों में आप साफ देख सकते हैं तमाम लोग यहाँ इस बाज को देखने के लिए आ रहे हैं, जो कि गुरप्रीत सिंह की शान थे। जो बाज वो उस शान को आज यहाँ प्रकट किया गया है। एक एक चीज़ आप देख लीजिए, जिस प्रकार से ट्रक के ऊपर बूढ़ा दल का ये ट्रक है उसके ऊपर एक बाज यहाँ सुशोभित है और आप देख सकते हैं वो बाज को देखने के लिए तमाम जो किसान लोग यहाँ धरना प्रदर्शन पर आए हैं वो इस बाज को निहार रहे हैं और अपने कैमरों में उसकी तस्वीरें कैद कर रहे हैं। ये सिंगू बॉर्डर का है और बातचीत करेंगे हमारे साथ बहुत से लोग हैं उनसे भी करेंगे, लेकिन फिलहाल जो लेके आए हैं बाज को यहाँ उनसे बात करते हैं। वो यहाँ है। वाहेगुरु जी का खालसा, वाहेगुरु जी की फतेह। बाबा जी कित्थों आए हैं और किन्नी की फौज है, किन्नी बाज आप लैके आए हैं? जी बोले जी के पंत स्वामी पंत अकाली बुढ़ा दल 96 करोड़ी अथेदार गुरु मान सिंह जी। बाज तो 4-5 है ये होर जी। अच्छा ठीक है जी, बाकी छोड़ी चाह कल घोड़े भी होर आ रहे हैं। ਇਹਦਾ ਕੋਈ ਪ੍ਰਦਰਸ਼ਨ ਹੀ ਲਿਆਂਦਾ ਜੀ ਅਸੀਂ ਵੀ ਸੰਗਤ ਖੁਸ਼ ਹੋ ਗਈ ਵੇਖ ਕੇ ਦੇ ਇੱਕ ਜੋਸ਼ ਜੋਸ਼ ਆਪਣੇ ਸੰਗਤ 'ਚ ਬਣੇ ਹੈ। ਹਾਂਜੀ ਉਹ ਡਰੋਨ ਕੰਮ ਕਰਦੇ ਆ, ਸਾਡੇ ਬਾਜ ਕੰਮ ਕਰਦੇ ਆ, ਯਾਨੀ ਕਿ ਤੁਹਾਡੇ ਬਾਜ ਪੂਰਾ ਨਿਗਾਹ ਰੱਖਦੇ ਨੇ ਉਹਨਾਂ ਦੇ। ਅਗਰ ਪੁਲਿਸ ਵਾਲਿਆਂ ਦੀ ਗੱਲ ਕਰੀਏ ਡਰੋਨ ਨਿਗਾਹ ਰੱਖਦੇ, ਉਹਨਾਂ ਦੇ ਡਰੋਨ ਚੱਲਦੇ ਉੱਤੇ ਸਾਡਾ ਬਾਜ ਚੱਲਦਾ ਜੀ। ਅੱਛਾ ਬਾਜਾਂ ਵਾਲੇ ਦਾ ਬਾਜ ਸਭ ਕੁਝ ਨਿਗਾਹ ਰੱਖਦਾ ਸੀ ਬਾਈ। ਲੱਗਦਾ ਕਿ ਮਾਹੌਲ ਸ਼ਾਂਤ ਹੋ ਜਾਏਗਾ? ਮਾਹੌਲ ਤਾਂ ਹੁਣ ਦੇਖੋ ਜੀ, ਮੋਦੀ ਦਾ ਕਹਿਣ ਡਿਆ ਵੀ ਮੈਂ ਤੁਹਾਡੇ ਕਾਨੂੰਨ ਵਾਪਸ ਕਰਦੇ ਆ, ਤੁਸੀਂ ਹੁਣ ਘਰ ਨੂੰ ਜਾਓ। ਘਰ ਨੂੰ ਕਿੱਧਰ ਚੱਲ ਜਾਣਗੇ ਜਦੋਂ ਸਾਡਾ ਸਾਰਾ ਕਾਨੂੰਨ ਨਾ ਵਾਪਸ ਆਉਂਗੇ? ਕਹਿੰਦੇ ਅਸੀਂ 5 ਕਾਨੂੰਨ ਰੱਦ ਕਰਦੇ, ਕਿਹੜੇ ਰੱਦ ਕਰਦੇ ਆ? ਜੇ ਰੱਦ ਕਰ ਦਿੰਦੇ ਲੋਕ ਸਾਰੇ ਕਮਲੇ ਸੀ ਜਿਹੜੇ ਚਿੱਟੇ ਕੇ ਦਿੰਦੇ। ਲੱਗਦਾ ਕੋਈ ਵਿੱਚ ਦਾ ਰਸਤਾ ਨਿਕਲੂਗਾ? ਵਿੱਚ ਦਾ ਰਸਤਾ ਇਹੀ ਹੈ ਜੀ, ਕਾਨੂੰਨ ਰੱਦ ਕਰਨ ਦੇ ਸਾਰੇ ਘਰ ਨੂੰ ਜਾਣ। ਬਿਲਕੁਲ ਵਿੱਚ ਦਾ ਰਸਤਾ ਨਹੀਂ ਹੈ, ਕਾਨੂੰਨ ਰੱਦ ਹੋਣੇ ਚਾਹੀਦੇ ਆ। ਇਹ ਸਾਰੇ ਲੋਕਾਂ ਦੀ ਜੋ ਵੀ ਕਿਸਾਨ ਲੋਕ ਇੱਥੇ ਪਹੁੰਚੇ ਨੇ ਉਹਨਾਂ ਦੀ ਮੰਗ ਹੈ। ਗੱਲਬਾਤ ਕਰ ਰਹੇ ਹਾਂ ਬਾਬਾ ਜੀ, ਕੀ ਚੀਜ਼ਾਂ ਤੁਸੀਂ ਲੈ ਕੇ ਆਏ ਹੋ? ਘੋੜੇ ਇੱਥੇ ਆਏ ਨੇ ਪੂਰੇ ਬਾਣੇ, ਤੁਸੀਂ ਸੁਸ਼ੋਭਿਤ ਹੋ, ਕਿਵੇਂ ਦੇਖਦੇ ਹੋ ਸਾਰੀ ਚੀਜ਼ ਨੂੰ? ਸਾਡੇ ਘੋੜੇ ਵੀ ਕਮ ਸੇ ਕਮ 50 ਤਾਂ ਹੁਣ ਘੋੜੇ ਇੱਥੇ ਹੋ ਰਹੇ ਆ, ਬਾਕੀ 40-50 ਹੋਰ ਘੋੜੇ ਆ ਰਹੇ ਆ। ਅਤੇ ਬਾਜ ਵੀ ਇੱਕ ਆ, ਬਾਜ ਤਾਂ ਬਾਕੀ ਇੱਕ ਊਠ ਵੀ ਆਊਗਾ ਇੱਥੇ। ਠੀਕ ਹੈ ਜੀ, ਬਾਕੀ ਪ੍ਰਦਰਸ਼ਨੀ ਜੋ ਵੀ ਆ ਖਾਲਸਾ ਪੰਥ ਤਿਆਗਪੁਰ ਤਿਆਰ ਆ, ਜੋ ਵੀ 32 ਕਿਸਾਨ ਜਥੇ ਬੰਦੀਆਂ ਦੀ ਮੀਟਿੰਗ ਹੋਊਗੀ ਉਹ ਜੇ ਹੱਲਾ ਕਰਨੇ ਹੱਲਾ ਕਰਾਂਗੇ। ਖਾਲਸਾ ਤਾਂ ਜ਼ੁਲਮ ਨਹੀਂ ਸਹਿੰਦਾ ਜੀ, ਜ਼ੁਲਮ ਕਰਨਾ ਹੀ ਪਾਪ, ਜ਼ੁਲਮ ਸਹਿਣਾ ਹੀ ਪਾਪ। ਬਿਲਕੁਲ ਤੁਸੀਂ ਸੁਣਿਆ ਕਿ ਜ਼ੁਲਮ ਨਹੀਂ ਸਹਾਂਗੇ, ਇੱਕ ਪੂਰੀ ਟ੍ਰੇਨਿੰਗ ਇਹਨਾਂ ਕੋਲ ਹੁੰਦੀ ਹੈ ਕਿਉਂਕਿ ਨਿਹੰਗ ਸਿੰਘ ਇੱਕ ਫੌਜ ਦੇ ਤੌਰ 'ਤੇ ਜਾਣੇ ਜਾਂਦੇ ਨੇ ਔਰ ਪੂਰੇ ਆਪਣੇ ਬਾਣੇ 'ਚ ਸੁਸ਼ੋਭਿਤ ਰਹਿੰਦੇ ਨੇ। ਗੱਲਬਾਤ ਕਰਾਂਗੇ, ਪੂਰੀ ਤਿਆਰੀ ਹੁੰਦੀ ਹੈ, ਪੂਰੀ ਟ੍ਰੇਨਿੰਗ ਹੁੰਦੀ ਹੈ ਤੁਹਾਨੂੰ? ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸ਼ਸਤਰ ਕਿਰਿਆ ਚੱਲਦੀ ਹੁੰਦੀ ਹੈ ਜੀ। ਠੀਕ ਹੈ ਜੀ, ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ 'ਚੋਂ ਪੈਦਾ ਕਰਤਾ ਖਾਲਸਾ ਪੰਥ। ਠੀਕ ਹੈ ਜੀ, ਉਹ ਫਿਰ ਆਪਾਂ ਮਹਾਰਾਜ ਤੁਹਾਨੂੰ ਪਹਿਲਾਂ ਵੀ ਦੱਸਿਆ, ਜ਼ੁਲਮ ਸਹਿਣਾ ਵੀ ਪਾਪ, ਜ਼ੁਲਮ ਕਰਨਾ ਹੀ ਪਾਪ। ਜਿਹੜਾ ਹੁਣ ਕਿਸਾਨਾਂ 'ਤੇ ਜ਼ੁਲਮ ਹੋਣ ਦਿਆ ਸਰਕਾਰ ਕਰਦੀ ਆ, ਉਹ ਫਿਰ ਖਾਲਸਾ ਪੰਥ ਆਣ ਕੇ ਡਟ ਗਿਆ ਵਿੱਚ, ਨਾ ਉੱਧਰ ਦੇ ਢੇਰ ਸਾਥ ਦਊਗੀ ਅਤੇ ਅਸੀਂ ਖੜੇ ਹਾਂ। ਬਿਲਕੁਲ ਬੋਰਡਰ ਦੇ ਉੱਤੇ ਤੁਸੀਂ ਆਪਣਾ ਮੋਰਚਾ ਲਗਾ ਲਿਆ, ਸਾਡੇ ਘੋੜੇ ਦੇਖੋ ਜੀ, ਉੱਧਰ ਕੈਮਰਾ ਮਾਰ ਕੇ ਦਿਖਾਇਆ ਜਾਵੇ, ਘੋੜੇ ਵੀ ਵੱਜੇ ਹੋਏ ਸਾਡੇ, ਅਤੇ ਆਹ ਸਾਹਮਣੇ ਪੁਲਿਸ ਵਾਲੇ ਸਾਹਮਣੇ ਦੇਖ ਲਓ। ਠੀਕ ਹੈ ਜੀ, ਅਸੀਂ ਬਸ ਇਹੀ ਚਾਹੁੰਦੇ ਹਾਂ ਵੀ ਜ਼ੁਲਮ ਨਾ ਕਿਸੇ 'ਤੇ ਹੋਵੇ, ਉਹ ਵੀ ਸਾਡੇ ਪੰਜਾਬੀਆਂ ਭਰਾਵਾਂ ਦੇ। ਸਾਡਾ ਇਤਿਹਾਸ ਬੋਲਦਾ ਜਿਹੜਾ ਜ਼ੁਲਮ ਕਰਦਾ ਆ ਉਹ ਝੜਦਾ ਰਿਹਾ, ਅਤੇ ਮੋਦੀ ਨੂੰ ਸਮਝਣਾ ਚਾਹੀਦਾ ਵਾ ਕਿ ਖਾਲਸਾ ਪੰਥ ਨੂੰ ਡਟ ਜਾਣ ਕੇ ਹੁਣ ਤੂੰ ਸੁਧਰ ਜਾ। ਸ਼ੁਕਰੀਆ। ਦੇਖੋ ਸਾਫ਼ ਸੁਥਰੀ ਗੱਲ, ਸਰਕਾਰ ਤੱਕ ਸੰਦੇਸ਼ ਜਾਣਾ ਚਾਹੀਦਾ ਹੈ। ਸਿੱਖ ਪੰਥ ਦੇ ਜੋ ਨਿਹੰਗ ਸਿੰਘ ਨੇ ਇੱਥੇ ਪਹੁੰਚੇ ਨੇ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਮੋਦੀ ਸਰਕਾਰ ਨੂੰ ਝੁਕਣਾ ਚਾਹੀਦਾ ਹੈ ਔਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ, ਅਨਥਾ ਕਿਤੇ ਨਾ ਕਿਤੇ ਇਹਨਾਂ ਦੇ ਹੌਸਲੇ ਦੀ ਪ੍ਰੀਖਿਆ ਨਾ ਲਿਖੀ ਜਾਏ। ਨਿਹੰਗ ਸਿੰਘੋਂ ਕੇ ਸਾਥ ਇਹ ਘੋੜੇ ਵੀ ਆਏ ਹੈ, ਘੋੜੇ ਤਸਵੀਰੋਂ ਮੈਂ ਆਪ ਦੇਖ ਸਕਤੇ ਹੈ, ਇਹ ਸਪੈਸ਼ਲ ਕਿਸਮ ਕੇ ਘੋੜੇ ਹੈ, ਪੂਰੀ ਟ੍ਰੇਨਿੰਗ ਇਨਕੋ ਦੀ ਗਈ ਹੈ ਔਰ ਇਹ ਖਾਸ ਤੌਰ ਪਰ ਜੋ ਇਹ ਘੋੜਾ ਇਧਰ ਆਪ ਦੇਖ ਸਕਤੇ ਹੈ, ਇਸਕੇ ਵੀ ਕਲਾ ਔਰ ਕਿਆ ਚੀਜ਼ੇ ਖਾਸ ਹੈ ਇਸ ਘੋੜੇ ਮੇਂ, ਵੋ ਬਾਤਚੀਤ ਕਰੇਂਗੇ। ਬਾਬਾ ਜੀ ਆਪਸੇ ਇਹ ਜਾਨਣਾ ਚਾਹੇਂਗੇ ਕਿਸ ਪ੍ਰਕਾਰ ਕੇ ਕਿਸ ਨਸਲ ਕੇ ਇਹ ਘੋੜੇ ਹੈ ਔਰ ਕਿਆ ਕੁਛ ਸਪੈਸ਼ਲ ਟ੍ਰੇਨਿੰਗ ਵੀ ਇਨਕੋ ਹੋਤੀ ਹੈ? ਸਾਡੇ ਕੋਲ ਜਿਹੜੇ ਅਰਬੀ ਨਸਲ ਦੇ ਘੋੜੇ ਹੈ। ਠੀਕ ਹੈ ਜੀ, ਇਹ ਨਾਂ ਰੱਖੇ ਹੁੰਦੇ ਜਿਸ ਤਰ੍ਹਾਂ ਅਸੀਂ ਇਹਦਾ ਨਾਂ ਰੱਖਤਾ ਵਾ, ਤੁਸੀਂ ਕਿਸੇ ਦਾ ਜੰਗ ਆ, ਕਿਸੇ ਦਾ ਬਿੱਲਾ ਵਾ, ਠੀਕ ਹੈ, ਇਸ ਤਰ੍ਹਾਂ ਘੋੜਿਆਂ ਦੇ ਨਾਂ ਰੱਖੇ ਹੁੰਦੇ। ਘੋੜਿਆਂ ਨੂੰ ਵੀ ਸਪੈਸ਼ਲ ਟ੍ਰੇਨਿੰਗ ਹੁੰਦੀ ਹੈ? ਚਾਲੇ ਜੇ ਚੱਲਦੇ ਆ ਫਿਰ ਜੇ ਪੜਾਵਾਂ 'ਤੇ ਖੜ੍ਹਦੇ ਘੋੜੇ, ਠੀਕ ਹੈ ਜੀ, ਉਦੋਂ ਫਿਰ ਟ੍ਰੇਨਿੰਗ ਲਾਈ ਜਾਂਦੀ ਇਹਨਾਂ ਨੂੰ। ਅੱਜ ਤਾਂ ਬੈਰਲ ਦੇ ਨਾਲ ਦੇਖੋ ਬੰਨੇ ਹੋਏ ਘੋੜੇ,
ਤੁਸੀਂ ਪਿੱਛੇ ਜੇ ਵੀਡੀਓ ਵੀ ਦੇਖੀ ਹੋਊ ਕਿਤਨਾ ਛਾਲਾਂ ਮਾਰ ਕੇ ਜਾਂਦੇ ਆ। ਇਹ ਤਾਂ ਅਸੀਂ ਇਹਨਾਂ ਨੂੰ ਕਿਹਾ ਸੀਗਾ ਪਰਸੋਂ ਜਦੋਂ ਗੱਲ ਚੱਲਦੀ ਸੀ, 2 ਘੋੜੇ ਛੱਡਾਂਗੇ, 5 ਲੱਖ ਫੌਜ ਕਰ ਲਓ, ਤੁਹਾਨੂੰ ਨਾ ਦਿੱਲੀ ਪਹੁੰਚਾ ਦੂੰਗੇ। ਅੱਛਾ, ਇੰਨੀ ਇਹਨਾਂ ਦੀ ਸ਼ਮਤਾ ਇੰਨੀ ਸ਼ਮਤਾ ਇਹ ਡਾਂਗ ਮਾਰਨ ਕਹਿੰਦੇ ਨੇ ਪਿਛਲੀਆਂ ਲੱਤਾਂ ਮਾਰੀਆਂ ਤਾਂ ਉੱਥੇ ਹੀ ਭਾ ਦੇਣਾ ਗੋਲੀ ਦੀ, ਗੋਲੀ ਨੂੰ ਜ਼ਿਆਦਾ ਪਾਵਰ ਆ ਲੱਤਾਂ ਇਹਦੇ। ਸਾਡਾ ਦਾਰਾ ਸਿੰਘ ਆ, ਇਹ ਕੋਈ ਤੁਸੀਂ ਘੋੜਾ ਵਾ, ਇਹ ਸਾਹਮਣਾ ਇੰਨਾ ਘੋੜੇ ਦਾ ਬ੍ਰੇਨ ਬਹੁਤ ਕੱਢਦੇ ਕੱਢਦੇ। ਠੀਕ ਆ ਜੀ, ਹੁਣ ਆਪਾਂ ਲਾਗੇ ਲੱਗਾਂਗੇ, ਆਪਾਂ ਨੂੰ ਦਿੰਦੀ ਵੱਢੀ, ਅਸੀਂ ਤਾਂ ਹੀ ਇਹਨਾਂ ਨਾਲ ਗਿਆ ਵਾ, ਅਸੀਂ 40 ਕੀਤਾ ਇਹਨਾਂ ਨੂੰ, ਹਾਂ ਕਿ ਹਾਸੇ ਮਜ਼ਾਕ 40 ਕੀਤਾ, 2 ਘੋੜੇ ਛੱਡਾਂਗੇ, 5 ਲੱਖ ਫੌਜ ਕਰ ਲਓ, ਜਿੰਨੇ ਮਰਜ਼ੀ ਆਸੂ ਗੋਏ ਗੋਲੇ ਮਾਰ ਲਓ, ਬਿਸ਼ਾਰਾ ਮਾਰ ਲਓ ਪਾਣੀ ਦੀਆਂ, 2 ਘੋੜੇ ਤੁਹਾਨੂੰ ਨਾਲ ਲੈ ਕੇ ਦਿੱਲੀ ਪਹੁੰਚਾ ਦੇਣਗੇ। ਬਿਲਕੁਲ, ਦੇਖਿਆ ਤੁਸੀਂ ਸੁਣਿਆ, ਔਰ ਜਿਸ ਪ੍ਰਕਾਰ ਸੇ ਬਾਬਾ ਜੀ ਨੇ ਦੱਸਿਆ ਕਿ ਘੋੜਿਆਂ ਨੂੰ ਵੀ ਅਲੱਗ ਤਰ੍ਹਾਂ ਦੀ ਕਲਾ ਹੈ, ਕਲਾ ਸੁੰਪਣ ਘੋੜਿਆ, ਔਰ ਅਗਰ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਘੋੜਿਆਂ ਨਾਲ ਜਾਂ ਕਿਸੇ ਨਾਲ ਕੋਈ ਬਦਤਮੀਜ਼ੀ ਜਾਂ ਫਿਰ ਕੋਈ ਗੋਲੀਬਾਰੀ ਜਾਂ ਕੋਈ ਆਸੂ ਗੈਸ ਗੋਲੇ ਛੱਡਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਨਿਸ਼ਚਿਤ ਤੌਰ 'ਤੇ ਆ ਘੋੜੇ ਉਹਨੂੰ ਚੀਰਦੇ ਹੋਇਆਂ ਗੋਲੀ ਤੋਂ ਜ਼ਿਆਦਾ ਸਪੀਡ ਰੱਖਦੇ ਨੇ। ਹੋਰ ਵੀ ਸਾਥੀ, ਕਿਵੇਂ ਸੇਵਾ ਇਹਨਾਂ ਦੀ ਕਰਦੇ ਹੋ? ਜਾਂ ਬਾਬਾ ਜੀ ਇਹਨਾਂ ਨੂੰ ਪੱਠੇ ਪਾਏ ਜਾਂਦੇ ਆ, ਘਾਹ ਪਾਇਆ ਜਾਂਦਾ, ਦਾਣਾ ਛੋਲੇ ਜੌਂ ਅਤੇ ਆਪਣਾ ਚਾਰਾ ਪਾਇਆ ਜਾਂਦਾ ਇਹਨਾਂ ਨੂੰ ਘੋੜਿਆਂ ਨੂੰ। ਮਾਲਚ ਹੁੰਦੀ ਹੈ, 2 ਟਾਈਮ ਘੋੜਿਆਂ ਦੀ ਮਾਲਚ ਹੁੰਦੀ ਆ, ਅਤੇ ਮਾਲਚ ਖਰਖਰਾ ਮਾਰਿਆ ਜਾਂਦਾ, ਖਰਖਰ ਤੋਂ ਬਾਅਦ ਮਾਲਚ ਹੁੰਦੀ ਹੱਥ ਨਾਲ ਘੋੜਿਆਂ ਦੀ, ਸਵੇਰੇ ਸ਼ਾਮ 2 ਟਾਈਮ ਅਭਿਆਸ ਹੁੰਦਾ ਇਹਨਾਂ ਦਾ, ਕਿਤਾਬ ਦਿਖਾਈ ਜਾਂਦਾ ਜਿਵੇਂ ਪਕਾਰਿਆ ਪਾਉਂਦੇ ਆ, ਤੋਰੇ ਫੇਰੇ ਵਾਸਤੇ ਹੁੰਦੀ ਆ। ਲੇਕਿਨ ਸਿਆਲ ਚ ਇਹਨਾਂ ਨੂੰ ਆਪਾਂ ਗੁੜ ਚੂਰੀ ਬਣਾ ਕੇ ਦਿੰਦੇ ਹਾਂ, ਦੇਸੀ ਘਿਓ ਚੱਲਦਾ, ਸਿਆਲ ਚ ਦੇਸੀ ਘਿਓ ਚੱਲਦਾ ਇਹ ਨਾਲ, ਅਤੇ ਗਰਮੀਆਂ ਛੋਲੇ ਜੌਂ ਇਹ ਚੀਜ਼ਾਂ ਚੱਲਦੀਆਂ, ਖੁਰਾਕ ਇਹਨਾਂ ਦੀ ਯਾਨੀ ਖੁਰਾਕ ਪੂਰੀ ਹੈ। ਹਾਂਜੀ, ਜਿਸ ਤਰ੍ਹਾਂ ਆਪਾਂ ਨੂੰ ਜਿਸ ਤਰ੍ਹਾਂ ਕਹਿ ਦਿੰਦੇ ਹਾਂ ਵੀ ਜਿਸ ਤਰ੍ਹਾਂ ਕੋਈ ਜਵਾਕ ਪਾਲਦੇ ਹਾਂ ਉਹਨੂੰ ਕੋਈ ਆਪਾਂ ਟੋਫੀ ਦੇ ਦਿੰਦੇ ਹਾਂ, ਠੀਕ ਹੈ ਜੀ, ਉਹ ਖੁਸ਼ ਹੋ ਕੇ ਲੈ ਲੈਂਦਾ, ਇਹਨੂੰ ਦਾਣਾ ਪਾਓਗੇ ਨਾ ਇਹਨੇ ਤੁਹਾਡੇ ਕੋਲ ਭੱਜੀ ਹੋਣੀ, ਜੇਕਰ ਤੁਸੀਂ ਸੇਵਾ ਕਰੋਗੇ ਤੁਹਾਡੇ ਨਾਲ ਪ੍ਰੇਮ ਕਰਨ ਲੱਗ ਜੂਗਾ। ਬਿਲਕੁਲ, ਪਿਆਰ ਦੇ ਭੁੱਖੇ ਨੇ ਆ ਜਾਨਵਰ ਵੀ, ਔਰ ਤਸਵੀਰਾਂ ਤੁਹਾਨੂੰ ਦਿਖਾਈਆਂ, ਲਗਾਤਾਰ ਸਪੈਸ਼ਲ ਤਰ੍ਹਾਂ ਦੀ ਟ੍ਰੇਨਿੰਗ ਘੋੜਿਆਂ ਨੂੰ ਦਿੱਤੀ ਗਈ ਹੈ। ਫਿਲਹਾਲ ਜੋ ਸਿਨੈਰੀਓ ਇਹੀ ਹੈ ਕਿ ਇਹ ਤਮਾਮ ਜੋ ਕਿਸਾਨ ਅੱਜ ਸੜਕਾਂ 'ਤੇ ਪਹੁੰਚਿਆ ਹੈ ਉਹ ਲਗਾਤਾਰ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ 3 ਜੋ ਕਾਨੂੰਨ ਬਣੇ ਨੇ ਉਹਨੂੰ ਰੱਦ ਕਰ ਦਿੱਤਾ ਜਾਣ। ਸਿੰਘ ਬਾਰਡਰ ਤੋਂ ਮੈਂ ਕਮਲ ਵਧਾਵਨ, ਭਾਰਤ 9।